ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੇ ਸੰਬੰਧ ਵਿੱਚ ਪੰਜਾਬ ਦੇ ਹਰੇਕ ਪਿੰਡਾਂ ਵਿੱਚ 550 ਬੂਟੇ ਲਗਾਉਣ ਦੇ ਦਿੱਤੇ ਗਏ ਨਿਰਦੇਸ਼ਾਂ ਅਤੇ ਬਲਾਕ ਰੁੜਕਾ ਕਲਾ ਦੇ ਅਧੀਨ ਪੈਂਦੇ ਪਿੰਡ ਟਿੰਡਾ ਵਿਖੇ ਵੀ ਬੂਟੇ ਲਗਾਉਣ ਦਾ ਸ਼ੁਭ ਆਰੰਭ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਉੱਥੇ ਪਿੰਡਾਂ ਦੀਆਂ ਪੰਚਾਇਤਾਂ ਵੀ ਆਪਣਾ ਬਣਦਾ ਫਰਜ਼ ਪੂਰਾ ਕਰਨ ਕਿ ਉਹ ਲਾਏ ਗਏ ਬੂਟਿਆਂ ਦੀ ਦੇਖਭਾਲ ਕਰਨ। ਇਸ ਮੌਕੇ ਸਰਪੰਚ ਹਰਪ੍ਰੀਤ ਕੌਰ, ਅਵਤਾਰ ਲਾਲ ਪੰਚ, ਬਿੰਦਰ ਲਾਲ ਸਾਬਕਾ ਪੰਚ, ਦਲਜੀਤ ਸਿੰਘ ਸਾਬਕਾ ਪੰਚ, ਅਵਤਾਰ ਸੁਮਨ, ਦਿਆਲ ਸਿੰਘ ਨੰਬਰਦਾਰ, ਸੰਤੋਖ ਸਿੰਘ ਕਾਲੀਆ UK, ਲੱਭਾ ਰਾਮ ਆਦਿ ਮੌਜੂਦ ਸਨ। ਅੱਜ ਪਿੰਡ ਟੰਡਿਆਂ ਦੇ ਵਿੱਚ ਪੰਚਾਇਤ ਵੱਲੋਂ ਉੱਦਮ ਕਰਕੇ ਪਿੰਡ ਟੰਡਿਆਂ ਦੇ ਵਿੱਚ 500 ਬੂਟਾ ਲਾਇਆ, 550 ਬੂਟਾ ਲਾਇਆ ਅਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਪਿੰਡਾਂ ਨੇ, ਉਹਨਾਂ ਨੂੰ ਮੈਂ ਕਿਹਾ ਬੂਟੇ ਤਾਂ ਆਪਾਂ ਹਰ ਸਾਲ ਲਾਉਂਦੇ ਹਾਂ, ਇਹਨਾਂ ਨੂੰ ਨਾਲ ਸਾਂਭ ਦੀ ਲੋੜ ਹੁੰਦੀ ਹੈ, ਪਾਣੀ ਪਾਵਣ ਦੀ, ਨਾਲ ਸਾਂਭ ਸੰਭਾਲ ਦੀ। ਇਹਨਾਂ ਵੀ ਵਿਸ਼ਵਾਸ ਦਵਾਇਆ, ਮੈਂ ਵੀ ਇਹਨਾਂ ਨੂੰ ਕਿਹਾ ਜੇ ਸਾਡੀ ਕਿਤੇ ਲੋੜ ਪਵੇ ਅਸੀਂ ਵੀ ਹਾਜ਼ਰ ਹਾਂ ਅਤੇ ਇਹ ਜਿਹੜੇ ਬੂਟੇ ਹੈਗੇ ਇਹਨਾਂ ਦੀ ਸੰਭਾਲ ਕਰੋ, ਇਹ ਬੂਟੇ ਜ਼ਰੂਰ ਹੋਣਗੇ, ਇੱਕ ਵਾਰੀ ਚੱਲ ਪੈਣਗੇ ਅਤੇ ਮੁੜ ਕੇ ਇਹ ਨਹੀਂ ਖਲੋਤੇ, ਇਹ ਪੂਰੀ ਛਾਂ ਦੇਣਗੇ, ਆਪਣੇ ਬੱਚਿਆਂ ਨੂੰ ਛਾਂ ਦੇਣਗੇ ਅਤੇ ਬੱਚੇ ਗਰਾਊਂਡ 'ਚ ਖੇਡਣਗੇ ਅਤੇ